ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਸੀ, ਦੁਨੀਆਂ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਸੀ। ਇਨਸਾਫ ਪਸੰਦ ਦੂਜੀਆਂ ਕੌਮਾਂ ਧਰਮਾਂ ਦੇ ਲੋਕਾਂ ਨੇ ਵੀ ਇਸ ਦਾ ਬਹੁਤ ਭਾਰੀ ਵਿਰੋਧ ਕੀਤਾ ਸੀ ਜੋ ਨਨਕਾਣਾ ਸਾਹਿਬ ਵਿੱਚ ਘਟਨਾ ਵਾਪਰੀ। ਪਾਕਿਸਤਾਨ ਦੇ ਬਹੁਤ ਸਾਰੇ ਮੁਸਲਮਾਨ ਭਰਾਵਾਂ ਨੇ ਇਸ ਘਟਨਾ ਦਾ ਬਹੁਤ ਦੁੱਖ ਮਹਿਸੂਸ ਕੀਤਾ। ਉਹਨਾਂ ਨੇ ਆਪਣੇ ਜਿਹੜੇ ਕਮੈਂਟ ਸੀਗੇ ਔਰ ਆਪਣੀਆਂ ਬਕਾਇਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਦੁੱਖ ਪ੍ਰਗਟ ਕੀਤਾ। ਇਸ ਸਮੇਂ ਭਾਰਤ ਦੇ ਵਿੱਚੋਂ ਬਹੁਤ ਸਾਰੇ ਐਸੇ ਲੋਕਾਂ ਨੇ ਵੀ ਇਸ ਘਟਨਾ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਕਦੇ ਵੀ, ਮੈਂ ਸਮਝਦਾ ਕਿ ਜਦੋਂ ਗੁਰਦੁਆਰਾ ਸਾਹਿਬਾਨਾਂ ਜਾਂ ਸਿੱਖਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਤਾਂ ਕਦੇ ਉਹਨਾਂ ਨੇ ਦੋ ਲਫ਼ਜ਼ ਵਿਰੋਧ ਵਿੱਚ ਸਾਂਝੇ ਨਹੀਂ ਕੀਤੇ ਕਿ ਕਿਉਂ ਵਾਪਰਿਆ। ਸ਼ਾਇਦ ਇਹ ਘਟਨਾ ਪਾਕਿਸਤਾਨ ਵਿੱਚ ਵਾਪਰੀ ਸੀ ਤਾਂ ਕਾਰਨ ਕਰਕੇ ਉਹ ਲੋਕ ਵੀ ਬੋਲੇ ਜਿਨ੍ਹਾਂ ਦਾ ਕਦੇ ਵੀ ਸਿੱਖ ਮਸਲਿਆਂ ਦੇ ਨਾਲ ਕੋਈ ਸਰੋਕਾਰ ਨਹੀਂ ਰਿਹਾ। ਪਰ ਮੈਂ ਹੁਣ ਇੱਥੇ ਜੋ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੂਸਰੇ ਦਿਨ ਹੀ ਉਸ ਬੰਦੇ ਨੂੰ, ਭਾਵੇਂ ਕਿ ਉਹਨਾਂ ਦੀ ਕੌਮ ਦੇ ਵਿੱਚੋਂ ਹੀ ਸੀ ਉਹ, ਪਰ ਉਹਨਾਂ ਦੇਖਿਆ ਕਿ ਸਾਡੀ ਕੌਮ ਦਾ ਨਾਂ ਬਦਨਾਮ ਕਰ ਰਿਹਾ, ਉਹਨਾਂ ਨੇ ਸਖ਼ਤ ਧਰਾਵਾਂ ਲਾ ਕੇ ਉਸ ਨੂੰ ਅੰਦਰ ਜਿਹੜਾ ਸੀਗਾ ਕਰ ਦਿੱਤਾ। ਔਰ ਨਨਕਾਣਾ ਸਾਹਿਬ ਦੀ ਮਾਣ ਸਨਮਾਨ ਔਰ ਉੱਥੋਂ ਦੀ ਜਿਹੜੀ ਗੁਰਮਰਿਆਦਾ ਸੀ ਉਹਨੂੰ ਬਹਾਲ ਰੱਖਣ ਦਾ ਬਕਾਇਦਾ ਸਟੇਟਮੈਂਟ ਜਿਹੜੀ ਸੀ ਜਾਰੀ ਕੀਤੀ। ਔਰ ਖੁਦ ਪਾਕਿਸਤਾਨ ਦੇ ਬਹੁਤ ਸਾਰੇ ਆਲਾ ਅਫਸਰ, ਵੱਖ ਵੱਖ ਸੰਸਥਾਵਾਂ ਦੇ ਜਿਹੜੇ ਆਗੂ ਸੀ, ਉਹ ਨਨਕਾਣਾ ਸਾਹਿਬ ਗਏ ਅਤੇ ਉਹਨਾਂ ਨੇ ਸਿੱਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਗੱਲ ਜਿਹੜੀ ਸੀ ਉਹ ਕੀਤੀ ਸੀ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਜਿਸ ਬੰਦੇ ਨੇ ਇਹ ਹੁੜਦੰਗ ਮਚਾਇਆ ਸੀ ਉਹਨੂੰ ਸਖ਼ਤ ਧਰਾਵਾਂ ਲਾ ਕੇ ਪਾਕਿਸਤਾਨ ਨੇ ਉਦੋਂ ਹੀ ਅੰਦਰ ਕਰ ਦਿੱਤਾ। ਪਰ ਇੱਥੇ ਭਾਰਤ ਵਿੱਚ ਬਹੁਤ ਸਾਰੇ ਗੁਰਦੁਆਰੇ ਜਿਹੜੇ 1984 ਤੋਂ ਬਾਅਦ ਸਾਡੇ ਤੋਂ ਖੋਹ ਲਏ ਗਏ, ਮਲੀਆਮੇਟ ਕਰ ਦਿੱਤੇ ਗਏ, ਚਾਹੇ ਉਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ, ਗੁਰਦੁਆਰਾ ਡਾਂਗਮਰ ਸਾਹਿਬ, ਚਾਹੇ ਉਹ ਗੁਰਦੁਆਰਾ ਮੰਗੂ ਮੱਠ ਦੀ ਗੱਲ ਆ ਜਿਹੜੀ ਹੁਣ ਚੱਲ ਰਹੀ ਆ ਤੁਹਾਡੇ ਸਾਹਮਣੇ ਆ, ਹੋਰ ਬਹੁਤ ਸਾਰੇ ਸਥਾਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀ ਜਿਹੜੀਆਂ ਬੜੀਆਂ ਦੁਖਦਾਈ, ਜਿਨ੍ਹਾਂ ਨੂੰ ਬਣਾਉਣ ਲਈ ਮੁੜ ਉਸਾਰੀ ਲਈ ਮੂਲ ਸਥਾਨਾਂ 'ਤੇ ਅਸੀਂ ਲੰਬਾ ਸੰਘਰਸ਼ ਜਿਹੜਾ ਕੌਮ ਨੇ ਕੀਤਾ ਅਤੇ ਕਰ ਰਹੀ ਹੈ। ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪਾਕਿਸਤਾਨ ਦੀ ਘਟਨਾ ਦੇ ਉੱਤੇ ਨਨਕਾਣਾ ਸਾਹਿਬ ਦੇ ਉੱਤੇ ਬੋਲੇ ਆ, ਉਹ ਭਾਰਤ ਦੇ ਵਿੱਚ ਜਿਹੜੇ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ ਉਹਨਾਂ 'ਤੇ ਕਿਉਂ ਨਹੀਂ ਕਦੇ ਬੋਲੇ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ ਉੱਤੇ ਕਿਉਂ ਨਹੀਂ ਬੋਲੇ? ਹਜ਼ਾਰਾਂ ਲੱਖਾਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਦਿੱਤੇ ਗਏ, ਕਦੇ ਨਹੀਂ ਬੋਲੇ। ਪਰ ਮੈਂ ਕਹਿਣਾ ਚਾਹੁੰਦਾ ਕਿ ਹੁਣ ਬੋਲਣ ਦੀ ਲੋੜ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਅਤੇ ਉਹ ਲੋਕ ਵੀ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਕਿ ਦੇਖੋ, ਮੰਦਰ, ਮਸਜਿਦ, ਗੁਰਦੁਆਰਾ, ਚਰਚ ਸਲਾਮਤ ਰਹਿਣੇ ਚਾਹੀਦੇ ਆ, ਸਾਰੇ ਧਰਮਾਂ ਦੇ ਸਥਾਨ ਜਿਹੜੇ ਆ ਉਹ ਸਲਾਮਤ ਰਹਿਣੇ ਚਾਹੀਦੇ ਆ, ਗੁਰਦੁਆਰਾ ਗਿਆਨ ਗੋਦੜੀ ਹਰ ਕੀ ਪੌੜੀ ਹਰਿਦੁਆਰ ਭਾਰਤ ਸਰਕਾਰ ਨੂੰ ਤੁਰੰਤ ਬਣਾਉਣਾ ਚਾਹੀਦਾ, ਗੁਰਦੁਆਰਾ ਮੰਗੂ ਮੱਠ ਜਿਹੜਾ ਹੁਣ ਢਾਇਆ ਗਿਆ ਤੁਰੰਤ ਬਣਾਉਣਾ ਚਾਹੀਦਾ, ਗੁਰਦੁਆਰਾ ਡਾਂਗਮਰ ਸਾਹਿਬ ਆ ਉਹ ਪਾਕਿਸਤਾਨ ਵਾਲੇ ਪਾਸੇ ਵੇਖ ਕੇ ਹੀ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਉਹ ਪਹਿਰਾ ਦੇ ਦੇਣ ਕਿ ਜੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ ਝੱਟ ਕਾਰਵਾਈ ਕੀਤੀ ਆ ਅਤੇ ਇੱਥੇ ਕਿਉਂ ਨਹੀਂ? ਇੱਥੇ ਤਾਂ ਉਲਟਾ ਜਦੋਂ ਅਸੀਂ ਕਿਤੇ ਗੁਰੂ ਨਾਨਕ ਲਾਇਬ੍ਰੇਰੀ ਬਠਿੰਡਾ ਬਣਾਉਣ ਦੇ ਵਿੱਚ ਅਸੀਂ ਜੇ ਆਵਾਜ਼ ਬੁਲੰਦ ਕੀਤੀ ਵੀ ਉਹਨੂੰ ਸਥਾਪਿਤ ਰੱਖਿਆ ਜਾਵੇ, ਉਹਨੂੰ ਸ਼ਰਾਬ ਦਾ ਅੱਡਾ ਨਾ ਬਣਾਇਆ ਜਾਵੇ, ਉਲਟਾ ਸਾਡੇ 'ਤੇ ਹੀ ਧਰਾਵਾਂ ਲਾ ਕੇ ਸਾਡੇ 'ਤੇ ਮੁਕੱਦਮਾ ਦਰਜ ਕਰਕੇ ਸਾਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਇੱਥੇ ਜਦੋਂ ਵੀ ਕੋਈ ਗੁਰਦੁਆਰੇ ਦਾ ਜਾਂ ਸਿੱਖ ਮਸਲਾ ਹੁੰਦਾ, ਜਿਹੜਾ ਵੀ ਕੋਈ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਗੋਲੀਆਂ ਮਾਰ ਦਿੰਦੇ ਆ, ਝੂਠੇ ਮੁਕੱਦਮੇ ਪਾ ਦਿੰਦੇ ਆ, ਅੰਦਰ ਕਰ ਦਿੰਦੇ ਆ। ਇਹ ਬੇਇਨਸਾਫੀ ਕਿਉਂ ਆ? ਉਦੋਂ ਇਹ ਲੋਕ ਕਿਉਂ ਨਹੀਂ ਬੋਲਦੇ ਜਿਹੜੇ ਅੱਜ ਪਾਕਿਸਤਾਨ ਦੀ ਨਨਕਾਣਾ ਸਾਹਿਬ ਵਾਲੀ ਘਟਨਾ 'ਤੇ ਬੋਲੇ ਆ? ਮੈਂ ਕਹਿਣਾ ਚਾਹੁੰਦਾ
ਕਿ ਇਹ ਜਿਹੜੇ ਗੁਰਦੁਆਰੇ ਗੁਰਸਥਾਨ ਸਾਡੇ ਜਿਹੜੇ ਆ ਮਲੀਆ ਮੇਟ ਕੀਤੇ ਗਏ ਆ, ਇਹਨਾਂ ਨੂੰ ਤੁਰੰਤ ਬਣਾਉਣ ਵਾਸਤੇ ਸਰਕਾਰਾਂ ਨੂੰ ਕਦਮ ਚੁੱਕਣਾ ਚਾਹੀਦਾ, ਔਰ ਇਹਨਾਂ ਗੁਰਦੁਆਰਿਆਂ ਦੀ ਜਿਹੜਾ ਸਲਾਮਤੀ ਦੇ ਵਾਸਤੇ, ਮੁੜ ਬਹਾਲੀ ਦੇ ਵਾਸਤੇ ਜਿਹੜਾ ਹੈ ਉਹ ਸਾਰਿਆਂ ਨੂੰ, ਸਾਰੀ ਕੌਮ ਨੂੰ ਸੰਘਰਸ਼ ਕਰਨਾ ਚਾਹੀਦਾ, ਅਤੇ ਉਹਨਾਂ ਲੋਕਾਂ ਨੂੰ ਵੀ ਇਹਦੇ ਬਾਰੇ ਦੋ ਲਫ਼ਜ਼ ਸਾਂਝੇ ਕਰਨੇ ਚਾਹੀਦੇ, ਜਿਨ੍ਹਾਂ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਜਿਹੜਾ ਹੈਗਾ ਉਹ ਬਹੁਤ ਵੱਡੇ ਵੱਡੇ ਬਿਆਨ ਜਿਹੜੇ ਉਹ ਜਾਰੀ ਕੀਤੇ ਆ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਰਤ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ, ਅਤੇ ਜਿਹੜੇ ਸਾਡੇ ਗੁਰਦੁਆਰੇ ਸਾਡੇ ਤੋਂ ਸਾਡੇ ਦੇਸ਼ ਵਿੱਚ ਇੱਥੇ ਵਿਛੋੜ ਦਿੱਤੇ ਗਏ ਆ, ਜਿਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਅਸੀਂ ਵੱਡੀਆਂ ਕੁਰਬਾਨੀਆਂ ਕੀਤੀਆਂ ਭਾਰਤ ਦੀ ਆਜ਼ਾਦੀ ਲਈ ਸਿੱਖਾਂ ਨੇ, ਜੇ 121 ਬੰਦੇ ਜਿਹੜੇ ਸੀਗੇ ਉਹ ਫਾਂਸੀ ਚੜ੍ਹੇ ਤਾਂ ਉਹਨਾਂ ਦੇ ਵਿੱਚ 93 ਸਿੱਖ ਸੀਗੇ, ਜੇ 2646 ਬੰਦੇ ਕਾਲੇ ਪਾਣੀ ਗਏ ਅਤੇ ਉਹਨਾਂ ਵਿੱਚ 2147 ਸਿੱਖ ਸੀਗੇ, ਜੇ ਕਾਮਾਗਾਟਾ ਮਾਰੂ ਦਾ ਜਹਾਜ਼ ਇੱਥੇ ਉਹਦੇ 'ਚ ਸ਼ਹੀਦੀਆਂ ਹੋਈਆਂ 113 ਭਾਰਤੀਆਂ ਦੀ ਤਾਂ ਉਹਦੇ ਵਿੱਚ 67 ਸਿੱਖ ਸੀਗੇ, ਔਰ ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਚੱਲੀ ਦੁਆਬੇ ਦੀ ਧਰਤੀ ਤੋਂ ਭਾਰਤ ਦੀ ਆਜ਼ਾਦੀ ਲਈ, 500 ਬੱਬਰ ਅਕਾਲੀ ਸ਼ਹੀਦ ਹੋਇਆ, 500 ਦਾ 500 ਸਿੱਖ ਸੀਗਾ, ਗਿਣਤੀ 1.5% ਆਟੇ 'ਚ ਲੂਣ ਹੋਵੇ ਅਤੇ ਕੁਰਬਾਨੀਆਂ 90% ਤੋਂ ਵੱਧ ਹੋਣ, ਉਸ ਦੇਸ਼ ਦੇ ਅੰਦਰ ਸਾਡੇ ਗੁਰਦੁਆਰੇ ਢਾਹ ਦਿੱਤੇ ਜਾਣ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ, ਭਾਰਤ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ। ਔਰ ਜਿਹੜੇ ਲੋਕ ਅੱਜ ਨਨਕਾਣਾ ਸਾਹਿਬ ਵਾਲੀ ਘਟਨਾ 'ਤੇ ਬੋਲੇ, ਉਹਨਾਂ ਨੂੰ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਰ ਸਾਹਿਬ ਔਰ ਗੁਰਦੁਆਰਾ ਮੰਗੂ ਮੱਠ, ਇਹਦੇ ਬਾਰੇ ਵੀ ਉਹਨਾਂ ਨੂੰ ਤੁਰੰਤ ਜਿਹੜੀ ਆਵਾਜ਼ ਆ ਉਹ ਉਠਾਉਣੀ ਚਾਹੀਦੀ ਆ, ਅਤੇ ਭਾਰਤ ਸਰਕਾਰ ਨੂੰ ਇਹ ਗੁਰਦੁਆਰਾ ਸਾਹਿਬ ਮੁੜ ਉਸਾਰੀ ਕਰਨੀ ਚਾਹੀਦੀ ਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।